ਸਾਡੇ ਕੰਬੋ ਯਾਰ ਬੜੀ ਮਿਹਨਤ ਕੀਤੀ ਹੈ ਬੜੀ ਮਿਹਨਤ ਕੀਤੀ ਹੈ ਅੱਜ ਬੜੀ ਖੁਸ਼ੀ ਦੀ ਗੱਲ ਹੈ ਰਾਵਣ ਜੀ ਦਾ ਦਹਨ ਕੀਤਾ ਗਿਆ ਔਰ ਮੈਂ ਇੰਨੀ ਗੱਲ ਕਹਿ ਸਕਦਾ ਵੀ ਬਟਾਲੇ ਦੀ ਸਮੂਹ ਸੰਗਤ ਜਿਹੜੀ ਅੱਜ ਇਸ ਗਰਾਊਂਡ ਦੇ ਵਿੱਚ ਪਹੁੰਚੀ ਆ ਮੈਂ ਉਹਨਾਂ ਦਾ ਇੱਕ ਇੱਕ ਚੱਲਿਆ ਹੋਇਆ ਕਦਮ ਮੇਰੇ ਸਿਰ ਮੱਥੇ ਤੇ ਨਤਮਸਤਕ ਹੈ ਕਿਉਂਕਿ ਇਹ ਜਿਹੜਾ ਤਿਉਹਾਰ ਹੈ ਬੜਾ ਅਹਿਮ ਤਿਉਹਾਰ ਮੰਨਿਆ ਜਾਂਦਾ ਹੈ ਇਹਨਾਂ ਦੇ ਨਾਲ ਨਾਲ ਸਾਡੇ ਡੀਸੀ ਗੁਰਦਾਸਪੁਰ ਜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਐਸਐਸਪੀ ਸਾਹਿਬ ਦਾ ਵੀ ਧੰਨਵਾਦ ਕਰਦਾ ਸਮੁੱਚੀ ਸਾਰਾ ਪ੍ਰਸ਼ਾਸਨ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਆ ਔਰ ਮਿਹਨਤ ਤੋਂ ਬਾਅਦ ਜਿਹੜਾ ਵੀ ਇਹ ਸਾਡਾ ਸਫਲ ਪ੍ਰੋਗਰਾਮ ਹੋਇਆ ਕਿਉਂਕਿ ਜਦੋਂ ਤੱਕ ਇਹ ਪ੍ਰੋਗਰਾਮ ਪੂਰਾ ਸਫਲ ਨਹੀਂ ਹੋ ਜਾਂਦਾ ਉਦੋਂ ਤੱਕ ਕਈ ਵਾਰੀ ਮਨ ਦੇ ਵਿੱਚ ਭੈ ਜਿਹਾ ਰਹਿੰਦਾ ਸੋ ਮੈਂ ਧੰਨਵਾਦ ਕਰਦਾ ਸਾਰੇ ਬਟਾਲਾ ਵਾਸੀਆਂ ਦਾ ਸਮੁੱਚੀ ਸਾਡੇ ਸਾਰੇ ਸੰਸਥਾਵਾਂ ਵੀ ਆਈਆਂ ਬਹੁਤ ਜ਼ਿਆਦਾ ਸਾਡੇ ਕਲੱਬ ਵੀ ਆਏ ਜਿਨ੍ਹਾਂ ਦੇ ਰਾਮਲੀਲਾ ਜਿਹੜੇ ਕਰਦੇ ਨੇ ਸਾਰੇ ਸਾਰਾ ਹੀ ਬਟਾਲਾ ਅੱਜ ਜਿਹੜਾ ਇਕੱਤਰ ਹੋਇਆ ਮੈਂ ਇਕੱਲੇ ਇਕੱਲੇ ਸ਼ਹਿਰ ਵਾਸੀਆਂ ਦਾ ਮੈਂ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਅੱਜ ਇੱਥੇ ਬਟਾਲੇ ਆਏ ਹਾਂ ਬਟਾਲਾ ਵਾਸੀਆਂ ਨੂੰ ਦੁਸਹਿਰੇ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਇਹ ਜਿਹੜਾ ਤਿਉਹਾਰ ਹੈ ਬੁਰਾਈ ਤੇ ਅੱਛਾਈ ਦੀ ਜਿੱਤ ਦਾ ਇੱਕ ਸਿੰਬਲ ਹੈਗਾ ਤੇ ਮੈਨੂੰ ਬੜੀ ਖੁਸ਼ੀ ਲੋਕਾਂ ਨੇ ਬੜੇ ਉਤਸ਼ਾਹ ਨਾਲ ਬੜੀ ਸੇਫਟੀ ਸਿਕਿਉਰਿਟੀ ਨਾਲ ਬਣਾਇਆ ਹੈਗਾ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਮੈਂ ਸਾਰੇ ਅਫਸਰਾਂ ਦਾ ਧੰਨਵਾਦੀ ਹਾਂ ਤੇ ਸਭ ਤੋਂ ਧੰਨਵਾਦੀ ਇੱਥੇ ਦੇ ਸਾਡੇ MLA ਸਾਹਿਬ ਅਮਨਸ਼ੇਰ ਸਿੰਘ ਕਲਸੀ ਜੀ ਦਾ ਜਿਨ੍ਹਾਂ ਦੀ ਟੀਮ ਨੇ ਬੜਾ ਸੋਹਣਾ ਇਹ ਪ੍ਰੋਗਰਾਮ ਜਿਹੜਾ ਔਰਗਨਾਈਜ਼ ਕਰਾਇਆ ਸੀ ਮੈਂ ਇੱਕ ਵਾਰੀ ਫਿਰ ਸਾਰੇ ਬਟਾਲਾ ਵਾਸੀਆਂ ਨੂੰ ਸਾਰੇ ਜ਼ਿਲ੍ਹੇ ਦੇ ਗੁਰਦਾਸਪੁਰ ਵਾਸੀਆਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਖੋ ਬਹੁਤ ਇੱਕ ਇੱਥੇ ਜਿਵੇਂ ਮੈਂ ਕਹਿ ਰਿਹਾ ਬਹੁਤ ਜ਼ਿਆਦਾ ਭੀੜ ਸੀ ਬਟ ਲੋਕਾਂ ਨੇ ਬੜੇ ਹੀ ਡਿਸਿਪਲਿਨ ਨਾਲ ਇਹ ਤਿਉਹਾਰ ਬਣਾਇਆ ਹੈਗਾ ਤੇ ਮੈਂ ਦੁਬਾਰਾ ਉਹਨਾਂ ਦਾ ਧੰਨਵਾਦ ਕਰਦਾ ਇੱਦਾਂ ਦੇ ਇਵੈਂਟ ਜਦੋਂ ਆਉਂਦੇ ਹੈਗੇ ਸਾਨੂੰ ਉਹਨਾਂ ਦਾ ਸਹਿਯੋਗ ਮਿਲਣਾ ਬੜਾ ਜ਼ਰੂਰੀ ਹੈ ਸਾਡੇ ਸਾਰੇ ਮੀਡੀਆ ਦੇ ਜਿਹੜੇ ਭਾਈਚਾਰਾ ਹੈਗਾ ਸਾਡੇ ਸਾਰੀ ਕਮੇਟੀ ਮੈਂਬਰਾਂ ਨੇ ਬਹੁਤ ਸੋਹਣਾ ਕੰਮ ਕੀਤਾ ਇੱਕ ਵਾਰੀ ਮੈਂ ਫਿਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ